ਸਤਿ ਸ਼੍ਰੀ ਅਕਾਲ, ਮੈਂ ਸਿਮਰਨ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਐਂਟਰਟੇਨਮੈਂਟ ਡਾਇਰੀਜ਼ ਵਿੱਚ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹਾਈਲਾਈਟਸ ਦੇ ਉੱਤੇ। ਅਨੰਤ ਅੰਬਾਨੀ ਰਾਧਿਕਾ ਦੇ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਲਈ ਮੁਕੇਸ਼ ਅੰਬਾਨੀ ਨੇ ਕਿਰਾਏ ਤੇ ਲਿਆ ਪੂਰਾ ਸ਼ਹਿਰ। ਵਰੁਣ ਧਵਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨਤਾਸ਼ਾ ਨੇ ਬੱਚੇ ਨੂੰ ਦਿੱਤਾ ਜਨਮ। ਭਿਆਨਕ ਦਰਦ ਤੋਂ ਗੁਜ਼ਰ ਰਹੀ ਹੈ ਇਹ ਐਕਟ੍ਰੈਸ, ਬੁਰੀ ਤਰ੍ਹਾਂ ਸੁੱਜਿਆ ਚਿਹਰਾ। ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਦੀ, ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਸੈਕਿੰਡ ਪ੍ਰੀ ਵੈਡਿੰਗ ਫੰਕਸ਼ਨ ਰੱਖਿਆ ਗਿਆ ਸੀ, ਜਿਸ ਦੌਰਾਨ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਅਤੇ ਹੁਣ ਸੁਣਨ ਵਿੱਚ ਆ ਰਿਹਾ ਹੈ ਕਿ ਅੰਬਾਨੀ ਪਰਿਵਾਰ ਨੇ ਇਸ ਸੈਲੀਬ੍ਰੇਸ਼ਨ ਦੇ ਲਈ ਪੂਰਾ ਸ਼ਹਿਰ ਲੈ ਲਿੱਤਾ ਸੀ ਕਿਰਾਏ 'ਤੇ। ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਇਨੀ ਦਿਨੀ ਆਪਣੇ ਦੂਸਰੇ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਦੋਹਾਂ ਦਾ ਇਹ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਇਟਲੀ ਦੇ ਵਿੱਚ ਰੱਖਿਆ ਗਿਆ ਸੀ ਲਗਜ਼ਰੀ ਕਰੂਜ਼ ਤੇ। ਸਮਾਂ ਬਿਤਾਉਣ ਤੋਂ ਬਾਅਦ ਅੰਬਾਨੀ ਪਰਿਵਾਰ ਨੇ ਪੋਰਟੋਫੇਨੋ ਵਿੱਚ ਆਖਰੀ ਦਿਨ ਆਪਣੇ ਮਹਿਮਾਨਾਂ ਲਈ ਖਾਸ ਪ੍ਰਬੰਧ ਕੀਤੇ ਸਨ। ਜਾਣਕਾਰੀ ਮੁਤਾਬਿਕ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਪੁੱਤਰ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਪੂਰਾ ਪੋਰਟੋਫੇਨੋ ਇੱਕ ਦਿਨ ਦੇ ਲਈ ਕਿਰਾਏ ਤੇ ਲਿਆ ਸੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ 12 ਜੁਲਾਈ ਨੂੰ 7 ਫੇਰੇ ਲੈਣ ਜਾ ਰਹੇ ਨੇ। ਇਸ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਵਿੱਚ ਜਸ਼ਨ ਅਤੇ ਖੁਸ਼ੀ ਦਾ ਮਾਹੌਲ ਹੈ। ਜਾਮਨਗਰ ਦੇ ਵਿੱਚ 3 ਦਿਨਾਂ ਦੇ ਸਮਾਗਮ ਤੋਂ ਬਾਅਦ ਅੰਬਾਨੀ ਪਰਿਵਾਰ ਇੱਕ ਵਾਰ ਤੋਂ ਵਿਆਹ ਤੋਂ ਪਹਿਲਾਂ ਇੱਕ ਛੋਟੀ ਪਾਰਟੀ ਰੱਖਦਾ ਨਜ਼ਰ ਆਇਆ। ਇਸ ਵਾਰ ਮੇਗਾ ਬੈਸ਼ ਦਾ ਆਯੋਜਨ ਕਰੂਜ਼ ਤੇ ਕੀਤਾ ਗਿਆ ਸੀ। ਇਸ ਸੈਲੀਬ੍ਰੇਸ਼ਨ ਦੇ ਵਿੱਚ ਫਿਲਮੀ ਕਲਾਕਾਰ ਵੀ ਪਹੁੰਚੇ ਸਨ, ਜਿਨ੍ਹਾਂ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਜਾਨਵੀ ਕਪੂਰ, ਅਨੰਨਿਆ ਪਾਂਡੇ, ਸਾਰਾ ਅਲੀ ਖਾਨ ਆਦਿ ਵਰਗੇ ਕਈ ਸਿਤਾਰੇ ਸ਼ਾਮਿਲ ਸੀ। ਦੂਜਾ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਵੀ ਖਤਮ ਹੋ ਗਿਆ ਹੈ ਅਤੇ ਹੁਣ ਇਵੈਂਟ ਦੀਆਂ ਤਸਵੀਰਾਂ ਹੌਲੀ ਹੌਲੀ ਸਾਹਮਣੇ ਆ ਰਹੀਆਂ ਨੇ, ਜੋ ਕਿ ਖੂਬ ਸੁਰਖੀਆਂ ਬਟੋਰਦੀਆਂ ਨਜ਼ਰ ਆ ਰਹੀਆਂ ਨੇ। ਬਾਲੀਵੁੱਡ ਐਕਟਰ ਵਰੁਣ ਧਵਨ ਦੀ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਘਰ ਦੇ ਵਿੱਚ ਕੀਤਾ ਹੈ ਨੰਨੇ ਮਹਿਮਾਨ ਦਾ ਸਵਾਗਤ। ਜੀ ਹਾਂ, ਪਤਨੀ ਨਤਾਸ਼ਾ ਨੇ ਦਿੱਤਾ ਹੈ ਬੇਟੀ ਨੂੰ ਜਨਮ। ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਬੇਟੀ ਨੂੰ ਜਨਮ ਦਿੱਤਾ। ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦਾਦਾ ਬਣ ਚੁੱਕੇ ਡੇਵਿਡ ਧਵਨ ਆਪਣੀ ਪੋਤੀ ਅਤੇ ਨੂੰਹ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚੇ ਸੀ। 3 ਜੂਨ 2024 ਨੂੰ ਨਤਾਸ਼ਾ ਦਲਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਵਰੁਣ ਧਵਨ ਨੂੰ ਹਸਪਤਾਲ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਵਰੁਣ ਧਵਨ ਹੱਥ ਦੇ ਵਿੱਚ ਬੈਗ ਅਤੇ ਪਾਣੀ ਦੀ ਬੋਤਲ ਦੇ ਨਾਲ ਦਿਖਾਈ ਦਿੱਤੇ। ਧਵਨ ਪਰਿਵਾਰ ਦੇ ਵਿੱਚ ਇਸ ਵਕਤ ਪੂਰਾ ਜਸ਼ਨ ਦਾ ਮਾਹੌਲ ਹੈ। ਹਾਲ ਹੀ ਵਿੱਚ ਵਰੁਣ ਧਵਨ ਨੇ ਵੀ ਇੱਕ ਪੋਸਟ ਸਾਂਝਾ ਕੀਤੀ, ਜਿਸ ਵਿੱਚ ਉਹਨਾਂ ਨੇ ਆਪਣੇ ਫੈਨਸ ਨੂੰ ਆਪਣੇ ਘਰ ਆਈ ਨੰਨੀ ਪਰੀ ਬਾਰੇ ਦੱਸਿਆ। ਹੁਣ ਹਰ ਕੋਈ ਇਸ ਪੋਸਟ ਦੇ ਥਰੂ ਵਰੁਣ ਧਵਨ ਅਤੇ ਨਤਾਸ਼ਾ ਨੂੰ ਮੁਬਾਰਕਾਂ ਦਿੰਦਾ ਨਜ਼ਰ ਆ ਰਿਹਾ ਹੈ। ਹੁਣ ਗੱਲ ਕਰਦੇ ਹਾਂ ਉਰਫੀ ਜਾਵੇਦ ਦੀ। ਉਰਫੀ ਜਾਵੇਦ, ਜੋ ਕਿ ਅਕਸਰ ਹੀ ਆਪਣੇ ਆਊਟਫਿਟਸ ਨੂੰ ਲੈ ਕੇ ਲਾਈਮਲਾਈਟ ਦੇ ਵਿੱਚ ਪੜੀ ਰਹਿੰਦੀ ਹੈ, ਹਾਲ ਹੀ ਦੇ ਵਿੱਚ ਉਹਨਾਂ ਨੇ 9 ਫਿਲਟਰ ਫੋਟੋਜ਼ ਸ਼ੇਅਰ ਕੀਤੀਆਂ ਫੈਨਸ ਦੇ ਨਾਲ, ਜਿਸ ਤੇ ਹੁਣ ਫੈਨਸ ਆਪਣੇ ਆਪਣੇ ਰਿਐਕਸ਼ਨ ਦਿੰਦੇ ਦਿਖਾਈ ਦੇ ਰਹੇ ਨੇ। ਉਰਫੀ ਜਾਵੇਦ, ਜੋ ਆਪਣੇ ਬੋਲਡ ਅਤੇ ਅਜੀਬੋ ਗਰੀਬ ਕੱਪੜਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ, ਹਾਲ ਹੀ ਵਿੱਚ ਉਰਫੀ ਜਾਵੇਦ ਦੇ ਇਸ ਵਾਰ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਉਰਫੀ ਨੇ ਹਾਲ ਹੀ ਦੇ ਵਿੱਚ ਜੋ ਤਸਵੀਰਾਂ ਸਾਂਝਾ ਕੀਤੀਆਂ ਨੇ, ਉਸ ਵਿੱਚ ਉਹਨਾਂ ਦਾ ਪੂਰਾ ਚਿਹਰਾ ਸੁੱਜਿਆ ਹੋਇਆ ਨਜ਼ਰ ਆ ਰਿਹਾ ਹੈ। ਉਸ ਨੇ 9 ਫਿਲਟਰ ਫੋਟੋਜ਼ ਨੂੰ ਸ਼ੇਅਰ ਕੀਤਾ ਹੈ। ਉਰਫੀ ਨੇ ਦੱਸਿਆ ਕਿ ਉਹਨਾਂ ਨੇ ਕੋਈ ਵੀ ਫਿਲਟਰ ਯੂਜ਼ ਨਹੀਂ ਕੀਤਾ ਹੈ, ਬਲਕਿ ਇਹ ਉਹਨਾਂ ਦਾ ਹਰ ਰੋਜ਼ ਦਾ ਹਾਲ ਹੈ। ਇਹਨਾਂ ਤਸਵੀਰਾਂ ਦੇ ਕੈਪਸ਼ਨ ਵਿੱਚ ਉਰਫੀ ਨੇ ਲਿਖਿਆ, ਮੈਨੂੰ ਮੇਰੇ ਚਿਹਰੇ ਨਾਲ ਬਹੁਤ ਸਾਰੀਆਂ ਟਿੱਪਣੀਆਂ ਮਿਲ ਰਹੀਆਂ ਨੇ ਕਿ ਮੈਂ ਆਪਣੇ ਚਿਹਰੇ ਉੱਤੇ ਓਵਰ ਫਿਲਰਸ ਕਰਵਾਏ ਨੇ। ਮੈਨੂੰ ਬਹੁਤ ਜ਼ਿਆਦਾ ਐਲਰਜੀ ਹੋ ਗਈ ਹੈ, ਮੇਰਾ ਚਿਹਰਾ ਜ਼ਿਆਦਾਤਰ ਸੁੱਜਿਆ ਰਹਿੰਦਾ ਹੈ, ਮੈਂ ਹਰ ਦਿਨ ਇਸੇ ਤਰ੍ਹਾਂ ਉੱਠਦੀ ਹਾਂ ਅਤੇ ਮੇਰਾ ਚਿਹਰਾ ਹਮੇਸ਼ਾ ਸੁੱਜਿਆ ਰਹਿੰਦਾ ਹੈ, ਮੈਂ ਹਮੇਸ਼ਾ ਬਹੁਤ ਬੇਰਾਮੀ ਦੇ ਵਿੱਚ ਰਹਿੰਦੀ ਹਾਂ, ਪਰ ਇਹ ਫਿਲਰ ਨਹੀਂ ਹੈ ਜਾਂ ਇਹ ਐਲਰਜੀ ਹੈ, ਮੇਰੀ ਇਮਿਊਨੋਥੈਰੇਪੀ ਚੱਲ ਰਹੀ ਹੈ। ਪਰ ਜੇਕਰ ਤੁਸੀਂ ਮੈਨੂੰ ਸੁੱਜੇ ਹੋਏ ਚਿਹਰੇ ਨਾਲ ਦੇਖੋਗੇ ਤਾਂ ਸਮਝ ਆਇਓ ਕਿ ਮੈਂ ਉਹਨਾਂ ਮਾੜੇ ਐਲਰਜੀ ਦਿਨਾਂ ਵਿੱਚੋਂ ਗੁਜ਼ਰ ਰਹੀ ਹਾਂ। ਮੈਂ ਆਪਣੇ ਆਮ ਫਿਲਰਸ ਅਤੇ ਬੁਟੋਕਸ ਨੂੰ ਛੱਡ ਕੇ ਕੁਝ ਵੀ ਨਹੀਂ ਲਿੱਤਾ, ਜੋ ਕਿ ਮੈਂ 18 ਸਾਲ ਦੀ ਉਮਰ ਤੋਂ ਹੀ ਲੈ ਰਹੀ ਹਾਂ। ਜੇ ਤੁਸੀਂ ਮੇਰਾ ਚਿਹਰਾ ਸੁੱਜਿਆ ਹੋਇਆ ਦੇਖੋਗੇ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇਹ ਯਕੀਨ ਨਾ ਹੋਵੇ। ਮੈਨੂੰ ਹੋਰ ਫਿਲਰ ਨਾ ਲੈਣ ਦੀ ਸਲਾਹ ਨਾ ਦਿਓ, ਬਸ ਹਮਦਰਦੀ ਦਿਓ ਅਤੇ ਅੱਗੇ ਵਧੋ। ਹੁਣ ਉਰਫੀ ਦੀ ਇਸ ਪੋਸਟ ਤੇ ਫੈਨਸ ਵੱਖਰੇ ਵੱਖਰੇ ਰਿਐਕਸ਼ਨ ਦਿੰਦੇ ਨਜ਼ਰ ਆ ਰਹੇ ਨੇ। ਵੈਲਜ਼ ਐਂਟਰਟੇਨਮੈਂਟ ਡਾਇਰੀਜ਼ ਵਿੱਚ ਰਹੀ ਹੋਰ ਅਪਡੇਟ ਦੇ ਲਈ ਵੇਖਦੇ ਰਹੋ ਪੰਜਾਬ ਡਾਇਰੀਜ਼।